ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੁਹਾਨੂੰ ਦਿਖਾ ਰਿਹਾ ਹਾਂ ਪ੍ਰਾਈਮਰ ਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਪੇਸ਼ ਕਰਨ ਆਵੇਲਾ ਹੋ ਚੱਲਿਆ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਆ ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਚੋਖੀ ਸੀ 32 ਡਿਗਰੀ ਤੱਕ ਪੰਜਾਬ ਦੇ ਵਿੱਚ ਲੰਘੇ ਕੱਲ ਤਾਪਮਾਨ ਦਰਜ ਕੀਤਾ ਗਿਆ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ 27 28 ਤੇ 29 ਤਰੀਕ ਯਾਨੀ ਕਿ 3 ਦਿਨ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮ ਦੀ ਖਰਾਬੀ ਰਹਿ ਸਕਦੀ ਹੈ ਉਦਾਂ ਵੈਸੇ ਜਿਵੇਂ ਫਸਲਾਂ ਪੱਕੀਆਂ ਜਾਂ ਪੱਕਣ ਤੇ ਆਈਆਂ ਮੌਸਮ ਦੀ ਖਰਾਬੀ ਤਾਂ ਨਹੀਂ ਹੋਣੀ ਚਾਹੀਦੀ ਪਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਜੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਿੱਟੇ ਪੈਣ ਦੀ ਸੰਭਾਵਨਾ ਬਦਲਵਾਈ ਹੋ ਸਕਦੀ ਹੈ। ਬਾਕੀ ਸਮਾਂ ਰਸੂਗਾ ਬਣਦਾ ਕੀ ਹੈ ਪਰ ਪੰਜਾਬ ਦੇ ਵਿੱਚ ਗਰਮੀ ਇਕਦਮ ਵਧ ਗਈ ਹੈ ਤੇ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਬਹੁਤ ਵਧਣੀ ਆ ਇਹਦੇ ਬਾਰੇ ਆਪਾਂ ਜਾਣਦੇ ਹਾਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਬਾਰੇ ਜਾਣ ਤੋਂ ਪਹਿਲਾਂ ਇਹ ਬੇਨਤੀ ਕਰਨੀ ਬਣਦੀ ਹੈ ਕਿ ਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੇ ਮੌਕੇ ਬਹੁਤ ਵੱਡੀ ਗਿਣਤੀ ਚ ਸੰਗਤ ਗਈ ਤਿੰਨ ਦਿਨਾਂ ਦੇ ਵਿੱਚ 3 ਲੱਖ ਤੋਂ ਵੱਧ ਸੰਗਤਾਂ ਨੇ ਮੱਥਾ ਟੇਕਿਆ ਬਹੁਤ ਚੰਗੀ ਗੱਲ ਆ ਬੜੀ ਖੁਸ਼ੀ ਦੀ ਗੱਲ ਆ ਪਰ ਲੰਘੇ ਕੱਲ ਜਦੋਂ ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਕਰਤੱਬ ਪੇਸ਼ ਕੀਤੇ ਜਾ ਰਹੇ ਸੀ ਤਾਂ ਘੋੜੇ ਤੋਂ ਡਿੱਗਣ ਦੇ ਕਰਕੇ ਤੇ 7-8 ਨਿਹੰਗ ਸਿੰਘ ਨੇ ਜਿਹੜੇ ਉਹ ਉੱਥੇ ਪਤਾ ਲੱਗਾ ਜੀ ਜ਼ਖਮੀ ਹੋ ਗਏ ਆ ਪਤਾ ਲੱਗਾ ਜੀ ਕਿ ਇੱਕ ਤੀਰ ਇੱਕ ਦਰਸ਼ਕ ਦੇ ਢਿੱਡ ਦੇ ਵਿੱਚ ਜਾ ਵਜਿਆ ਜਿਦੇ ਕਰਕੇ ਉਹਨੂੰ ਪੀਜੀਆਈ ਦੇ ਵਿੱਚ ਭਰਤੀ ਕਰਵਾਉਣਾ ਪਿਆ ਯਾਨੀ ਕਿ ਅਚਾਨਕ ਮਿੰਟਾਂ ਸਕਿੰਟਾਂ ਦੇ ਵਿੱਚ ਜੋਸ਼ ਵਾਲਾ ਖੁਸ਼ੀ ਵਾਲਾ ਉਤਸ਼ਾਹ ਵਾਲਾ ਮਾਹੌਲ ਆ ਜਿਹੜਾ ਉਹ ਗਮਗੀਨ ਹੋ ਗਿਆ ਇਸ ਕਰਕੇ ਭਾਈ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਹੀ ਜਿੰਦਾਬਾਦ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਐਤਕੀ ਆਨੰਦਪੁਰ ਸਾਹਿਬ ਦੇ ਵੱਲ ਜਾਂਦੀ ਤੇ ਆਉਂਦੀ ਸੰਗਤ ਦੇ ਇੱਕ ਹਿੱਸੇ ਦੇ ਵੱਲੋਂ ਸਾਰੇ ਨਹੀਂ ਜੋ ਜੋ ਕੁਝ ਕੀਤਾ ਗਿਆ ਉਹਦੇ ਬਾਰੇ ਵੀ ਆਪਾਂ ਜਾਣਦੇ ਆ ਵਕ ਵਕ ਥਾਵਾਂ ਤੋਂ ਹੁੱਲੜਬਾਦੀ ਦੀਆਂ ਖਬਰਾਂ ਬਹੁਤ ਆਈਆਂ ਵਕ ਵਕ თਮਾ ਤੋਂ ਲੜਾਈ ਝਗੜੇ ਦੀਆਂ ਖਬਰਾਂ ਬਹੁਤ ਆਈਆਂ ਜਿਹੜੇ ਲੋਕ ਸਰਦਾ ਵਸ ਜਾਂਦੇ ਆ ਉਹਨਾਂ ਨੂੰ ਪਤਾ ਜੀ ਕਿ ਸਾਨੂੰ ਗੁਰੂ ਸਾਹਿਬ ਨੇ ਕੀ ਕੀ ਗੱਲਾਂ ਕਹੀਆਂ ਉਹ ਉਸ ਗੱਲ ਨੂੰ ਆਪਣੇ ਮਨ ਮੰਦਰ ਦੇ ਵਿੱਚ ਵਸਾ ਕੇ ਚੱਲਦੇ ਆ ਪਰ ਜਿਹੜੇ ਲੋਕ ਓਜੱਡਤਾ ਵਾਲੇ ਆ ਜਿਹੜੇ ਲੋਕ ਪਿਕਨਿਕ ਸਮਝ ਕੇ ਚੱਲੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਨੰਦਪੁਰ ਸਾਹਿਬ ਤੇ ਮਨਾਲੀ ਦੇ ਵਿੱਚ ਕੀ ਫਰਕ ਆ ਉਹ ਮਨਾਲੀ ਸਮਝ ਕੇ ਜਾਂਦੇ ਆ ਘੁੰਮਣ ਫਿਰਨ ਲਈ ਜਾਂਦੇ ਆ ਉਹ ਭਾਈ ਮੂਰਖ ਬੱਤੀਆਂ ਗੱਲਾਂ ਕਰਦੇ ਆ ਉਹ ਟਰੈਕਟਰ ਦੇ ਉੱਤੇ ਖੜਕੇ ਵੀ ਆਉਂਦੇ ਆ ਉਹ ਟਰਾਲਗਾਂ ਦੇ ਡਾਲਿਆਂ ਤੇ ਵੀ ਬੈਠੇ ਆ ਉਹ ਮੋਟਰਸਾਈਕਲ ਦੇ ਉੱਤੇ ਖੜ ਖੜ ਕੇ ਕਰਤੱਬ ਵੀ ਪੇਸ਼ ਕਰਨੇ ਆ ਉਹਨਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ ਉਹਨਾਂ ਵਾਸਤੇ ਮौज-ਮਸਤੀ ਹੈ ਵੀ ਚਲੋ ਚਾਰ ਕਿਲੇ ਘਰੋਂ ਬਾਹਰ ਲਾਉਨੇ ਆ ਆਪਾਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਜਾਂਦੇ ਆ ਆਓ ਆਪਣੇ ਫਰਜ਼ਾਂ ਦੀ ਪੂਰਤੀ ਕਰਗੇ ਆਪਣੇ ਫਰਜ਼ਾਂ ਨੂੰ ਪਛਾਣੀਏ ਜੋ ਸਾਨੂੰ ਗੁਰੂ ਸਾਹਿਬ ਨੇ ਜੋ ਸਾਨੂੰ ਗੁਰਬਾਣੀ ਨੇ ਕਿਹਾ ਉਹਦੇ ਉੱਤੇ ਆਪਾਂ ਅਮਲ ਵੀ ਕਰਨਾ ਸਿੱਖੀਏ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਸ ਕਰਕੇ ਮੈਂ ਵੱਡੀ ਮੰਨਦਾ ਕਿਉਂਕਿ ਦੋ ਪਾਰਟੀਆਂ ਦਾ ਘਟਚੋੜ ਹੁੰਦਾ ਹੁੰਦਾ ਰਹਿ ਗਿਆ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਦੀ ਚਰਚਾ ਸੀ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਣਾ ਸਾਨੂੰ ਵੀ ਇਸੇ ਗੱਲ ਦੀ ਆਸ ਸੀ ਕਿਉਂਕਿ ਦੋਵਾਂ ਦਾ ਇੱਕ ਦੂਜੇ ਬਣਾ ਸਰਦਾ ਨਹੀਂ ਦੋਵਾਂ ਦੀ ਪੰਜਾਬ ਦੇ ਵਿੱਚ ਹਾਲ ਤਿੱਕੋ ਜੀ ਆ ਅਕਾਲੀ ਦਲ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਬਹੁਤ ਪਿਆਰ ਮਿਲਦਾ ਰਿਹਾ ਪਰ ਲੰਘੇ ਵੇਲੇ ਵਿੱਚ ਘਟਿਆ ਬੀਜੇਪੀ ਨੂੰ ਅਕਾਲੀ ਦਲ ਨਾਲ ਜੁੜ ਕੇ ਸ਼ਹਿਰੀ ਖੇਤਰ ਚ ਪਿਆਰ ਮਿਲਦਾ ਰਿਹਾ ਜਿਹੜਾ ਕਿ ਕੁਝ ਹੱਦ ਤੱਕ ਘਟਿਆ ਸੋ ਲੱਗਦਾ ਹੈ ਕਿ ਜੇਕਰ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ ਸ਼ਾਇਦ ਕੁਝ ਨਾ ਕੁਝ ਲੈ ਟਗਣ ਸ਼ਾਇਦ ਕੁਝ ਨਾ ਕੁਝ ਖੱਟ ਲੈਣ ਪਰ ਲੰਘੇ ਕੱਲ ਸਵੇਰ ਦੇ ਵੇਲੇ ਇੱਕ ਵੀਡੀਓ ਸੁਣੀ ਹਾਂ ਜਾਰੀ ਹੁੰਦਾ ਸੁਨੀਲ ਜਾਖੜ ਸਾਹਿਬ ਦਾ ਉਹਦੇ ਵਿੱਚੋਂ ਦੋ ਟੁਕ ਇਨਕਾਰ ਕਰ ਦਿੰਦੇ ਆ ਉਹ ਇਹ ਗੱਲ ਕਹਿੰਦੇ ਆ ਕਿ 13 ਦੀਆਂ 13 ਤੇ ਉੱਤੇ ਬੀਜੇਪੀ ਪੰਜਾਬ ਦੇ ਵਿੱਚ ਇਕੱਲੇ ਚੋਣਾਂ ਲੜੂਗੀ ਸਾਡੀ ਹਾਈ ਕਮਾਂਡ ਦੇ ਵੱਲੋਂ ਸਿਖਰਲੀ ਲੀਡਰਸ਼ਿਪ ਦੇ ਵੱਲੋਂ ਫੈਸਲਾ ਕੀਤਾ ਗਿਆ ਪੰਜਾਬ ਦੇ ਵਿੱਚ ਸਰਵੇ ਕਰਵਾਏ ਗਏ ਆ ਜਿਹਦੇ ਆਧਾਰ ਦੇ ਉੱਤੇ ਫੈਸਲਾ ਕੀਤਾ ਗਿਆ ਪੰਜਾਬ ਦੀ ਜਵਾਨੀ ਕਿਸਾਨੀ ਕਾਰੋਬਾਰਾਂ ਦੇ ਲਈ ਬਹੁਤ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਮੋਦੀ ਸਾਹਿਬ ਨੇ ਪੰਜਾਬ ਦੇ ਲਈ ਬਹੁਤ ਕੁਝ ਚੰਗਾ ਕੀਤਾ ਹੈਗਾ ਭਵਿੱਖ ਦੇ ਵਿੱਚ ਪੰਜਾਬ ਦੇ ਲਈ ਬਹੁਤ ਕੁਝ ਹੋਰ ਉਲਿੱਖਿਆ ਗਿਆ ਹੈਗਾ ਇਸ ਕਰਕੇ 13 ਦੀਆਂ 13 ਸੀਟਾਂ ਨੇ ਉੱਤੇ ਬੀਜੇਪੀ ਇਕੱਲਿਆਂ ਚੋਣ ਲੜੂਗੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਚਲੋ ਚੋਣ ਤਾਂ ਲੜੂਗੀ ਪਰ ਪੰਜਾਬ ਦੇ ਵਿੱਚ ਜਿੱਤੂ ਕਿੰਨੀਆਂ ਸੀਟਾਂ ਆਸ ਕਿੰਨੀਆਂ ਸੀਟਾਂ ਨਹੀਂ ਆ ਦੇਖੋ ਪੰਜਾਬ ਦੀਆਂ ਕੁਝ ਕੁ ਸ਼ਹਿਰੀ ਸੀਟਾਂ ਉਹਨਾਂ ਦੇ ਉੱਤੇ ਬੀਜੇਪੀ ਦਾ ਪ੍ਰਦਰਸ਼ਨ ਪਹਿਲਾਂ ਵੀ ਚੰਗਾ ਰਹਿੰਦਾ ਪਰ ਲੋਕ ਸਭਾ ਦੀ ਚੋਣ ਬੀਜੇਪੀ ਨੇ ਇਕੱਲੇ ਤੌਰ ਤੇ ਪਹਿਲੀ ਵਾਰ ਲੜਨੀ ਆ ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਲੜਦੇ ਰਹੇ ਆ ਵਿਧਾਨ ਸਭਾ ਦੀ ਪਿਛਲੇ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ 200 ਤੇ 22 ਦੀ ਚੋਣ ਕੱਲਿਆ ਕੱਲਿਆ ਲੜੀ ਆ ਜਿਦੇ ਵਿੱਚ ਬੀਜੇਪੀ ਦੇ ਹਿੱਸੇ ਦੇ ਵਿੱਚ ਇੱਕ ਸੀਟ ਆਈ ਆ ਸੋ ਗੱਲ ਇਹ ਜੀ ਕਿ ਹੁਣ ਜਦੋਂ ਇਕੱਲੇ ਚੋਣ ਲੜਨਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਨੇਤਾ ਕਿਵੇਂ ਵੜਦੰਗੇ ਪੰਜਾਬ ਦੇ ਵਿੱਚ ਲੋਕ ਕਿੰਨਾ ਕ ਪਿਆਰ ਦੇਣਗੇ ਪਿੰਡੂ ਖੇਤਰ ਦੇ ਲੋਕ ਆ ਜਿਹੜੇ ਉਹ ਬੀਜੇਪੀ ਨੂੰ ਬਾਹਾਂ ਖਿਲਾਰ ਕੇ ਦਿਲ ਖੋਲ ਕੇ ਸਵਾਗਤ ਕਰਨਗੇ ਜਾਂ ਕਹਿਣਗੇ ਵੀ ਜਾਓ ਜੇਟਨੇਟ ਆਪਣਾ ਪਿੰਡ ਦੀ ਜੂਹ ਦੇ ਵਿੱਚ ਨਹੀਂ ਵੜਦਾ ਇਹ ਹੁਣ ਆਉਣ ਵਾਲੇ ਸਮੇਂ ਨੇ ਬਿਆਨ ਕਰਨਾ ਸੋ ਹਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਹੈ ਕਿ ਭਾਈ ਅਸੀਂ ਸਿਧਾਂਤਾਂ ਤੋਂ ਸਖਣੀ ਗੱਲ ਨਹੀਂ ਕਰਦੇ ਜੋ ਅਸੀਂ ਸਿਧਾਂਤਾਂ ਮੁਤਾਬਕ ਚੱਲੇ ਆ ਅਸੀਂ ਉਹਦੇ ਉੱਤੇ ਟਿਕੇ ਰਹਿਣਾ ਮਨੋਰੰਜਨ ਕਾਲੀਆ ਸਾਹਿਬ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੱਠ ਜੋੜ ਦੀ ਪੂਰੀ ਪੂਰੀ ਇੱਛਾ ਵੀ ਸੀ ਕੋਸ਼ਿਸ਼ ਵੀ ਸੀ ਪਰ ਆਕਾਲੀ ਦਲ ਆ ਜਿਹੜਾ ਉਹਦੇ ਵੱਲੋਂ ਨਹੀਂ ਕੰਪਰੋਮਾਈਜ਼ ਕੀਤਾ ਗਿਆ ਜਾਂ ਉਹਦੇ ਵੱਲੋਂ ਕੋਈ ਨਹੀਂ ਭੂਮਿਕਾ ਨਿਭਾਈ ਗਈ ਵੀ ਪਾਈ ਆਪਾਂ ਦੋਨੋਂ ਤੇਰਾ ਮਿਲ ਕੇ ਚੱਲਦੇ ਆ ਇਸ ਕਰਕੇ ਫੈਸਲਾ ਨਹੀਂ ਹੋ ਸਕਿਆ ਸੋਦਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰ ਇਹ ਗੱਲ ਕਹਿੰਦੇ ਆ ਕਿ ਭਾਈ ਅਕਾਲੀ ਦਲ ਆਪਣੇ ਪੁਰਾਣੇ ਸਟੈਂਡ ਦੇ ਉੱਤੇ ਮੁੜ ਆਇਆ ਇਹ ਇੱਕ ਚੰਗੀ ਗੱਲ ਹੈਗੀ ਆ ਵਿਚਾਰ ਸਭ ਦੇ ਆਪੋ ਆਪਣੇ ਆ ਬੀਜੇਪੀ ਦੇ ਨੇਤਾ ਇਹ ਗੱਲ ਕਹਿੰਦੇ ਕਿ ਅਸੀਂ ਬਚ ਗਏ ਕੁਝ ਕੀ ਗੱਲ ਕਹਿੰਦੇ ਆ ਵੀ ਭਾਈ ਬਹੁਤ ਵਧੀਆ ਹੋਇਆ ਸੀ ਇਕੱਲੇ ਛਾ ਜਾਗੇ ਆ ਅਕਾਲੀ ਦਲ ਦੇ ਕੁਝ ਨੇਤਾ ਵੀ ਕਹਿੰਦੇ ਵੀ ਅਸੀਂ ਇਕੱਲੇ ਛਾ ਜਾਾਂਗੇ ਛਾਜੋ ਬਿਲਕੁਲ ਛਾਜੋ ਪਰ ਪਤਾ ਲੱਗੂਗਾ ਭਾਈ 4 ਜੂਨ ਨੂੰ 1 ਜੂਨ ਤੱਕ ਤੁਸੀਂ ਸਾਰੇ ਛਾਏ ਹੋਵੋਗੇ ਕਾਂਗਰਸੀ ਵੀ ਛਾ ਜਾਣੇ ਆ ਆਪ ਵਾਲੇ ਵੀ ਛਾ ਜਾਣੇ ਆ ਬੀਜੇਪੀ ਵੀ ਛਾਜੂਗੀ ਬਸਪਾ ਵੀ ਛਾਜੂਗੀ ਸਾਰੇ ਛਾ ਜਾਣੇ ਆ ਪਰ ਜਦੋਂ ਨਤੀਜਾ ਆਊਗਾ ਜਦੋਂ ਮਸ਼ੀਨਾਂ ਖੁੱਲਣੀਆਂ ਪਤਾ ਫਿਰ ਲੱਗਣਾ ਵੀ ਛਾਏ ਹੋ ਜਾਂ ਗਾਇਬ ਹੋ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਫਿਰ ਕਰਾਂਗੇ ਟਪੜੀ ਪੰਜਾਬ ਦੇ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਚੋਣ ਨਹੀਂ ਲੜਨਗੇ ਇਹਨੂੰ ਲੈ ਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਲੰਘੇ ਕੱਲ ਐਲਾਨ ਕਰ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਜਲੰਧਰ ਦੇ ਵਿੱਚ ਵੀ ਰਾਜਨੀਤੀ ਤੇਜ਼ ਹੋ ਗਈ ਹੈ ਪੰਜਾਬ ਦੇ ਸਾਬਕਾ ਮੰਤਰੀ ਮਨਰੰਜਨ ਕਾਲਿਆ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਦੀਆਂ اٹਕਲਾਂ ਜ਼ਰੂਰ ਲਗਾਈਆਂ ਜਾ ਰਹੀਆਂ ਸੀ ਪਰ ਕਿਸੇ ਵੀ ਨੇਤਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਟੇਬਲ ਦੇ ਉੱਤੇ ਟੌਕ ਨਹੀਂ ਸੀ ਹੋਈ ਮਨਰੰਜਨ ਕਾਲਿਆ ਨੇ ਕਿਹਾ ਕਿ 2022 ਦੇ ਵਿੱਚ ਭਾਜਪਾ ਵੱਲੋਂ ਇਕੱਲਿਆਂ ਚੋਣ ਲੜੀ ਗਈ ਸੀ ਪਰ ਇਸ ਵਾਰ ਟੋਣਾ ਦੇ ਵਿੱਚ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਗੱਠ ਜੋੜ ਦੀਆਂ اٹਕਲਾਂ ਲੱਗ ਰਹੀਆਂ ਸਨ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਪਿਛਲੇ ਦਿਨੀ ਹੋਈ ਹੈ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕਰ ਦਿੱਤਾ ਸੀ ਕਿ ਉਹ ਕਿਸੇ ਸਥਿਤੀ ਵਿੱਚ ਸੀਟ ਦੇ ਮਤਲਬਕ ਕੰਪਰੋਮਾਈਜ਼ ਨਹੀਂ ਕਰਨਗੇ ਇਸ ਮੀਟਿੰਗ ਦੇ ਵਿੱਚ ਉਹਨਾਂ ਬੀਜੇਪੀ ਆਲਾ ਕਮਾਨ ਨੂੰ ਇਸ਼ਾਰਾ ਕੀਤਾ ਸੀ ਕਿ ਉਹ ਗੱਠ ਜੋੜ ਦੇ ਵਿੱਚ ਰੁਚੀ ਨਹੀਂ ਰੱਖਦੇ ਸਾਬਕਾ ਮੰਤਰੀ ਮਨਰੇਂਦਰ ਕਾਲੀਆ ਨੇ ਕਿਹਾ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਗੱਲਬਾਤ ਕਰਕੇ ਵਿਚਾਰਲਾ ਰਸਤਾ ਕੱਢ ਰਹੇ ਸਨ ਪਰ ਇਦਾਂ ਹੋ ਨਹੀਂ ਸਕਿਆ ਇਕ ਸੌਤਨ ਸਾਲ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਇਹ ਗੱਲ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਕਹੀ ਜਾ ਰਹੀ ਹੈ ਹੋਲੇ ਮਹੱਲੇ ਦੇ ਸ਼ੁਭ ਮੌਕੇ ਦੇ ਉੱਤੇ ਉਗੜਵਾਲੀ ਦੇ ਵਿੱਚ ਪਹੁੰਚੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਮੱਥਾ ਵੀ ਟੇਕਿਆ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਇਹ ਅਸੂਲਾਂ ਦੀ ਪਾਰਟੀ ਹੈ ਸਾਡੇ ਲਈ ਨੰਬਰ 1 ਜੇਮ ਤੋਂ ਵੱਧ ਜ਼ਰੂਰੀ ਅਸੂਲ ਨੇ 103 ਸਾਲਾਂ ਤੋਂ ਅਕਾਲੀ ਦਲ ਨੇ ਕਰੇ ਸਰਕਾਰ ਬਣਾਉਣ ਦੇ ਲਈ ਪਾਰਟੀ ਨਹੀਂ ਬਣਾਈ ਅਕਾਲੀ ਦਲ ਨੇ ਹਮੇਸ਼ਾ ਕੌਮ ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬ ਦੇ ਵਿੱਚ ਪਰਿਵਾਰਕ ਸਾਂਝ ਦੇ ਲਈ ਕੰਮ ਕੀਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸਾਡੀ ਜ਼ਿੰਮੇਵਾਰੀ ਹੈ ਤੇ ਸਾਡੀ ਕੋਰ ਕਮੇਟੀ ਨੇ ਸਪਸ਼ਟ ਕੀਤਾ ਕਿ ਸਾਡੇ ਅਸੂਲ ਕੀ ਨੇ ਤੇ ਸਾਡੇ ਮਸਲੇ ਕੀ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਇਸ ਤੋਂ ਪਹਿਲਾਂ ਵੀ ਅਸੀਂ ਪਿਛਲੇ ਕਈ ਹਫ਼ਤਿਆਂ ਦੇ ਵਿੱਚ ਕਈ ਵਾਰ ਇਹ ਗੱਲ ਕਹੀ ਕਿ ਦੋ ਮੁੱਦੇ ਨੇ ਮੁਖਤੌਰ ਦੇ ਉੱਤੇ ਬੰਦੀ ਸਿੰਘਾਂ ਵਾਲਾ ਕਿਸਾਨੀ ਵਾਲਾ ਜਦੋਂ ਅਕਾਲੀ ਦਲ ਨੇ ਬੀਜੇਪੀ ਦੇ ਨਾਲੋਂ ਆਪ ਦਾ ਪੈਰ ਪਿੱਛੇ ਖਿੱਚਿਆ ਸੀ ਤੇ ਉਸ ਵੇਲੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਤਿੰਨ ਖੇਤੀ ਕਾਨੂੰਨਾਂ ਦਾ ਮਸਲਾ ਸੀ ਅਕਾਲੀ ਦਲ ਦੇ ਆਗੂਆਂ ਨੇ ਗੱਲ ਕਹੀ ਕਿ ਬੀਜੇਪੀ ਦੇ ਨਾਲ ਸਾਡੀ ਸਾਂਝ ਨਹੀਂ ਕਿਉਂਕਿ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਆ ਤੇ ਅਸੀਂ ਤਾਂ ਭਾਈ ਕਿਸਾਨ ਦੇ ਪੱਖ ਦੇ ਵਿੱਚ ਆ ਅਸੀਂ ਭਾਈ ਕਮਲ ਦੇ ਫੁੱਲ ਦੇ ਪੱਖ ਦੇ ਵਿੱਚ ਨਹੀਂ ਆ ਗੱਲ ਆਈ ਗਈ ਹੋਗੀ 2022 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਿੰਨ ਸੀਟਾਂ ਆਪਾਂ ਜਾਣਦੇ ਅਕਾਲੀ ਦਲ ਨੂੰ ਮਿਲੀਆਂ ਇੱਕ ਸੀਟ ਬੀਜੇਪੀ ਨੂੰ ਮਿਲਗੀ ਇਸ ਤਰੀਕੇ ਦੇ ਵੇਰਵੇ ਸਾਹਮਣੇ ਆ ਗਏ ਪਰ ਹੁਣ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਤੇ ਕਿਸਾਨ ਫਿਰ ਸ਼ੰਭੂ ਤੇ ਖਨੌਰੀ ਬਾਡਰ ਦੇ ਉੱਤੇ ਆ ਜੇ ਇਸ ਮੋੜ ਦੇ ਉੱਤੇ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਮੰਨ ਲਓ ਲੰਗੇ ਕੱਲੇ ਖਬਰ ਆਉਂਦੀ ਕਿ ਗੱਠਜੋੜ ਹੋ ਗਿਆ ਤਾਂ ਕਿਸਾਨਾਂ ਦੇ ਤੇ ਪੰਜਾਬ ਦੇ ਸਮੁੱਚੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਜਾਣੀ ਸੀ ਵੀ ਯਾਰ ਜਿਹੜੇ ਮਸਲੇ ਦੇ ਕਰਕੇ ਕਿਸਾਨ ਅੰਦੋਲਨ ਦੇ ਕਰਕੇ ਕਿਸਾਨੀ ਮਸਲੇ ਦੇ ਕਰਕੇ ਤੁਸੀਂ ਪੈਰ ਪੇਸ਼ਾ ਨੂੰ ਖਿੱਚਿਆ ਸੀ ਉਹ ਮਸਲਾ ਅਜ ਵੀ ਉਵੇਂ ਹੀ ਹੈ ਤੇ ਹੁਣ ਤੁਸੀਂ ਦੁਬਾਰਾ ਫਿਰ ਗੱਠਜੋੜ ਕਰ ਲਿਆ ਇਹ ਕੀ ਡਰਾਮਾ ਸੋ ਇਸ ਕਰਕੇ ਬੰਦੀ ਸਿੰਘਾਂ ਦਾ ਮੁੱਦਾ ਉਮੀਦਵਾਰ ਉਮੀਂ ਅਮਰਤਪਾਲ ਸਿੰਘ ਦਾ ਮੁੱਦਾ ਉਮੀਦਵਾਰ ਉਮੀਂ ਕਿਸਾਨੀ ਮੁੱਦਾ ਉਮੀਦਵਾਰ ਉਮੀਂ ਬਾਕੀ ਸਾਰੇ ਮੁੱਦੇ ਉਮੀਦ ਦੇ ਉਮੀਂ ਜੇਕਰ ਅਕਾਲੀ ਦਲ ਦੇ ਵੱਲੋਂ ਭਾਜਪਾ ਨਾਲ ਗੱਠਜੋੜ ਕਰ ਲਿਆ ਜਾਂਦਾ ਤਾਂ ਅਕਾਲੀ ਦਲ ਨੂੰ ਇਸ ਗੱਲ ਦਾ ਡਰ ਸੀ ਕਿ ਇਹ ਨਾ ਹੋਵੇ ਵੀ ਜਿਹੜੀ ਸਾਡੀ ਵੋਟ ਬੈਂਕ ਆ ਉਹਨੂੰ ਕੋਈ ਹੋਰ ਵੀ ਖੋਰਾ ਲੱਗ ਜਾਏ ਲੋਕ ਇਹ ਗੱਲ ਕਹਿਣ ਵੀ ਯਾਰ ਇੱਥੇ ਨਹੀਂ ਇਹਦਾ ਸਟੈਂਡ ਨਹੀਂ ਕੋਈ ਰਿਹਾ ਇਹੀ ਗੱਲ ਬਿਲਕੁਲ ਉਵੇਂ ਹੈ ਜਿਵੇਂ ਕਿ ਮਨਪ੍ਰੀਤ ਸਿੰਘ ਈਆਲੀ ਨੇ ਪਿਛਲੇ ਦਿਨੀ ਕਹੀ ਸੀ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਇਹ ਸੋਚੋ ਜੀ ਕਿ ਆ ਆ ਆ ਖੇਤਰੀ ਪਾਰਟੀ ਦੇ ਮੁੱਦੇ ਹੁੰਦੇ ਆ। ਸਾਡੇ ਇਹ ਮੁੱਦੇ ਆ ਤੇ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਿਉਂ ਨਹੀਂ ਕੀਤੀ ਜਾ ਰਹੀ? ਇਹ ਮੁੱਦੇ ਹੱਲ ਕਿਉਂ ਨਹੀਂ ਕੀਤੇ ਜਾ ਰਹੇ? ਸੋ ਬੰਦੀ ਸਿੰਘਾ ਨੇ ਮਾਮਲੇ ਦੇ ਉੱਤੇ ਭਾਜਪਾ ਦੇ ਵੱਲੋਂ ਕੋਈ ਹੰਗਾਰਾ ਨਹੀਂ ਭਰਿਆ ਗਿਆ। ਕਿਸਾਨੀ ਮੁੱਦਾ ਉਵੇਂ ਦਾ ਉਵੇਂ ਹੈ। ਇਹਦੇ ਉੱਤੇ ਕੋਈ ਹੰਗਾਰਾ ਨਹੀਂ ਭਰਿਆ ਗਿਆ। ਇਸ ਕਰਕੇ ਇਹ ਗੱਠਜੋੜ ਹੋਇਆ ਨਹੀਂ। ਹੁਣ ਸਮਾਂ ਦੱਸੂਗਾ ਕਿ ਵੱਖੋ-ਵੱਖਰੇ ਤੌਰ ਦੇ ਉੱਤੇ ਚੋਣ ਲ ਇਹ ਆਪ ਨੂੰ ਫਾਇਦਾ ਪਚਾਉਂਦੇ ਆ ਇਹ ਕਾਂਗਰਸ ਨੂੰ ਫਾਇਦਾ ਪਚਾਉਂਦੇ ਆ ਜਾਂ ਆਪ ਜਿੱਤਦੇ ਆ ਬਸਪਾ ਕਿਹੜੀਆਂ ਵੋਟਾਂ ਤੋੜਦੀ ਆ ਇਹ ਸਾਰਾ ਕੁਝ ਵਕਤ ਦੇ ਗਰਭ ਦੇ ਵਿੱਚ ਲੁਕਿਆ ਹੋਇਆ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਹੜਾ ਕਮਾਲ ਅਸੀਂ ਕਰਾਂਗੇ ਕਮਾਲ ਅਸੀਂ ਕਰਾਂਗੇ ਕਮਾਲ ਅਸੀਂ ਕਰਾਂਗੇ ਸਾਰੀ ਕਮਾਲ ਕਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਪੰਜਾਬ ਦੀ ਸੱਚੀ ਮੁੱਚੀ ਕਮਾਲ ਹੋਵੇ ਪੰਜਾਬੀਆਂ ਦੀ ਸੱਚੀ ਮੁੱਚੀ ਕਮਾਲ ਹੋਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਆਪਣਾ ਸਟੈਂਡ ਸਪਸ਼ਟ ਕਰਤਾ ਜਾਖੜ ਸਾਹਿਬ ਨੇ ਆਪਣਾ ਕਰਤਾ ਮਨੋਰੰਜਨ ਕਾਲੀਆ ਸਾਹਿਬ ਨੇ ਆਪਣਾ ਕਰਤਾ ਤੇ ਮਨਜਿੰਦਰ ਸਿੰਘ ਸਿਰਸਾ ਹੋਰ ਨੇ ਆਪਣਾ ਸਟੈਂਡ ਸਪਸ਼ਟ ਕਰਤਾ ਬਾਕੀ ਨੇ ਵੀ ਕਰਤਾ ਪਰ ਜਿਹੜੇ ਲੋਕ ਇਸ ਗੱਲ ਦੀ ਆਸ ਲਈ ਬੈਠੇ ਸੀ ਕਿ ਜੇਕਰ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ ਤਾਂ ਇਤਕੀ ਕੁਝ ਨਾ ਕੁਝ ਲੈਡਗਿੰਗਾਂ ਉਹਨਾਂ ਦੇ ਮਨ ਦੇ ਉੱਤੇ ਇੱਕ ਵਾਰ ਛੱਟ ਜ਼ਰੂਰ ਵਜੀ ਹੈ ਇਹ ਚੋਣਾ ਪੰਜਾਬ ਦੀ ਰਾਜਨੀਤੀ ਦਾ ਮਹਾਂਦਰਾ ਭਵਿੱਖ ਦਾ ਤੈਅ ਕਰਨੀ ਹੈ ਜੇ ਮੰਨ ਲਓ ਅਕਾਲੀ ਦਲ ਨੇ 2-3 ਸੀਟਾ ਕੱਢ ਲਿਆ ਮੈਂ ਨਹੀਂ ਕਹਣਾ ਵੀ 10 ਸੀਟਾ 5 ਸੀਟਾ ਕੱਢ ਲੀਆਂ 2-3 4 ਸੀਟਾ ਜੇਕਰ ਕੱਢ ਲੀਆਂ ਤਾਂ ਮਤਲਬ ਇਹ ਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਪੈਰ ਪੱਕੇ ਹੋਣ ਦੀ ਸੰਭਾਵਨਾ ਜੇ ਭਾਜਪਾ ਨੇ ਇਕੱਲੇ ਕੱਢ ਲੀਆਂ ਤੇ ਭਾਈ ਉਹਨਾਂ ਨੂੰ ਕਿਸੇ ਦੀ ਲੋੜ ਪੈਣੀ ਨਹੀਂ ਉਹਨਾਂ ਨੇ ਇਹ ਗੱਲ ਦੱਸਾਉਣੀ ਆ ਜੇ ਮੰਨ ਲਓ ਕਾਂਗਰਸ ਨੇ ਕੱਢ ਲੀਆਂ 5-4 ਸੀਟਾ ਉਹਨਾਂ ਨੇ ਕਹਿੰਦੇ ਜੀ ਸਾਡੇ ਵਰਗਾ ਹੈ ਕੋਈ ਨਹੀਂਗਾ ਭਾਵੇਂ ਪੂਰੇ ਭਾਰਤ ਦੇ ਵਿੱਚ ਜਿਵੇਂ ਮਰਜ਼ੀ ਹੈ ਪੰਜਾਬ 'ਚ ਬੱਲੇ ਬੱਲੇ ਸਾਡੀ ਹੈ ਸੋ ਇਸ ਤਰੀਕੇ ਦੇ ਖਿਆਲ ਬਣਨਗੇ ਸਟੈਂਡ ਬੰਦੇ ਦਾ ਹੋਣਾ ਚਾਹੀਦਾ ਤੇ ਸਾਈਕਲ ਵੀ ਸਿਆਣੇ ਗੱਲ ਕਹਿੰਦੇ ਆ ਕਿ ਸਟੈਂਡ ਤੋਂ ਬਿਨਾ ਨਹੀਂ ਖੜਦਾ ਜੇ ਤੁਹਾਡੇ ਇੱਕ ਸਾਈਕਲ ਦੇ ਸਟੈਂਡ ਨਾ ਹੋਵੇ ਤੇ ਉਹ ਖੜੂਗਾ ਕਿਵੇਂ ਜਾਂ ਤਾਂ ਉਹਨੂੰ ਕੰਧ ਦੇ ਨਾਲ ਲਾਉਣਾ ਪਊਗਾ ਤੇ ਕੰਧ ਦੇ ਨਾਲ ਬੰਦੇ ਨੂੰ ਜਦੋਂ ਅਸੀਂ ਲਾ ਲੈਨੇ ਅਸੀਂ ਗੱਲ ਕਹਿੰਦੇ ਵੀ ਭਾਈ ਇਹਨੂੰ ਬੰਦਾ ਬਣਾਉਣਾ ਸੋ ਇਸ ਰੂਪ ਦੇ ਵਿੱਚ ਗੱਲ ਆ ਪਰ ਗੱਲ ਇਹ ਹੈ ਜੀ ਕਿ ਰਾਜਨੀਤਿਕ ਲੋਕਾਂ ਦਾ ਸਟੈਂਡ ਕੋਈ ਨਹੀਂ ਨਿਆਣੇ ਦਾ ਵੀ ਕੋਈ ਨਾ ਕੋਈ ਸਟੈਂਡ ਹੁੰਦਾ ਕਿ ਭਾਈ ਬੈ ਆ ਚੀਜ਼ ਖਾਣੀ ਆ ਆ ਨਹੀਂ ਖਾਣੀ ਮੈਂ ਉਧਰ ਖੇਡਣ ਜਾਣਾ ਇੱਧਰ ਨਹੀਂ ਖੇਡਣਾ ਪਰ ਰਾਜਨੀਤਿਕ ਲੋਕ ਚਾਰੇ ਪਾਸੇ ਖੇਡਣ ਦੀ ਇੱਛਾ ਪਾਲਦੇ ਆ ਇੱਧਰ ਵੀ ਜਾਵਾਂ ਆ ਉਧਰ ਵੀ ਜਾਵਾਂ ਕਦੇ-ਕਦੇ ਕਿ ਬੀਜੇਪੀ ਤਾਂ ਕਾਂਗਰਸ ਦਾ ਸੁਧਰਿਆ ਹੋਇਆ ਰੂਪ ਬਣ ਗਈ ਆ ਇੱਕ ਪਾਸੇ ਬੀਜੇਪੀ ਇਹ ਗੱਲ ਕਰਨੀ ਜੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਸਿਰਜਣਾ ਦੂਜੇ ਪਾਸੇ ਕਾਂਗਰਸ ਨੂੰ ਸਾਰੀ ਨੂੰ ਚੱਕ ਕੇ ਆਪਣੇ ਵਿੱਚ ਭਰਤੀ ਕਰੀ ਜਾਂਦੀ ਆ ਨਵੀਨ ਜਿੰਦਲ ਹੋਰੀ ਬੀਜੇਪੀ ਚ ਆਏ ਕੁਝ ਘੰਟਿਆਂ ਬਾਅਦ ਟਿਕਟ ਮਿਲ ਜਾਂਦੀ ਆ ਪਿਛਲੇ ਦਿਨੀ ਆਪਾਂ ਜਾਣਦੇ ਜੀ ਕਿ ਹਿਮਾਚਲ ਪ੍ਰਦੇਸ਼ ਦੇ 6 ਕਾਂਗਰਸੀ ਵਿਧਾਇਕ ਬਗਾਵਤ ਕਰ ਗਏ ਕਾਂਗਰਸ ਨੇ ਪਰੇ ਕਰਤੇ ਉਹਨਾਂ ਨੇ ਅਸਤੀਫਾ ਦਿੱਤਾ ਬੀਜੇਪੀ ਨੇ ਉਹਨਾਂ 6 ਨੂੰ ਟਿਕਟ ਦਿੱਤੀ ਆ ਕਿਉਂਕਿ ਇੱਥੇ 1 ਜੂਨ ਨੂੰ ਜਮਨੀ ਚੋਣ ਹੋਣ ਹੋਊਗੀ ਉਧਰ ਬਾਕੀ ਵੀ ਵਕ ਵਕ ਥਾਵਾਂ ਤੇ ਦੇਖਦੇ ਆ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਇਹ ਗੱਲ ਕਹਿੰਦੇ ਸੀ ਕਿ ਭਾਈ ਇਸਦਾ ਕਾਂਗਰਸ ਮੁਕਤ ਭਾਰਤ ਕਰਨਾ ਉਹ ਚ ਕੈਪਟਨ ਸਾਹਿਬ ਵੀ ਆਉਂਦੇ ਸੀ ਪਰ ਹੁਣ ਜਿਹੜੇ ਕੈਪਟਨ ਸਾਹਿਬ ਉਹ ਵੀ ਭਾਜਪਾ ਚ ਬੀਬੀ ਪ੍ਰਨੀਤ ਕੌਰ ਵੀ ਭਾਜਪਾ ਚ ਮਨਪ੍ਰੀਤ ਬਾਦਲ ਵੀ ਭਾਜਪਾ ਆ ਹੁਣ ਭਾਈ ਚੱਬੇਵਾਲ ਸਾਹਿਬ ਜਿਹੜੇ ਉਹ ਆਵਾਦਵੀ ਪਾਰਟੀ ਦੇ ਵਿੱਚ ਆ ਤੇ ਇਧਰ ਰਵਨੀਤ ਸਿੰਘ ਮਿੱਟੂ ਆ ਜਿਹੜੇ ਉਹ ਆਪਾਂ ਜਾਣਦੇ ਕਿ ਭਾਜਪਾ ਦੇ ਵਿੱਚ ਆ ਗਏ ਆ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਰਾਜਨੀਤਿਕ ਲੋਕ ਪਲਟੀ ਕਿਵੇਂ ਮਾਰਦੇ ਆ ਚੱਬੇਵਾਲ ਸਾਹਿਬ ਕੁਝ ਦਿਨ ਪਹਿਲਾਂ ਆਵਾਦਵੀ ਪਾਰਟੀ ਚ ਆ ਉਹ ਗੱਲ 'ਚ ਸੰਗਲ ਪਾ ਕੇ ਵਿਧਾਨ ਸਭਾ ਦੇ ਵਿੱਚ ਕਰਜ਼ੇ ਦੀ ਪੰਡ ਦਾ ਜ਼ਿਕਰ ਕਰਦੇ ਸੀ ਉਹ ਕਹਿੰਦੇ ਸੀ ਵੀ ਭਾਈ ਪੰਜਾਬ ਕਰਜ਼ੇ ਦੇ ਵਿੱਚ ਅੰਧੋਲਿਆ ਪਿਆ ਹੁਣ ਆਪ ਚਲੇ ਗਏ ਆ ਕਹਿੰਦੇ ਕਰਜ਼ੇ ਦੀ ਪੰਡ ਲੈ ਜਾਣੀ ਆ ਰਵਨੀਤ ਬਿੱਟੂ ਹੋਰੀ ਪਿਛਲੀ ਵਾਰੀ ਇਹ ਗੱਲ ਕਹਿੰਦੇ ਸੀ ਵੀ ਭਾਈ ਬੀਜੇਪੀ ਤੇ ਬਾਕੀ ਪਾਰਟੀਆਂ ਦੇ ਪੈਰ ਨਹੀਂ ਲੱਗਣ ਦੇਣੇ ਕਿਉਂਕਿ ਕਾਂਗਰਸ ਹੀ ਭਾਰਤ ਦਾ ਨਕਸ਼ਾ ਸਵਾਰ ਸਕਦੀ ਆ ਹੁਣ ਲੰਘੇ ਕੱਲੋ ਬੀਜੇਪੀ 'ਚ ਸ਼ਾਮਲ ਹੋ ਗਏ ਆ ਕਹਿੰਦੇ ਭਾਈ ਦੇਸ਼ ਦਾ ਵਿਕਾਸ ਹੀ ਮੋਦੀ ਸਾਹਿਬ ਕਰ ਸਕਦੇ ਆ ਰਾਜਨੀਤਿਕ ਲੋਕਾਂ ਦਾ ਸਟੈਂਡ ਕਿੱਥੇ ਆ ਸਵਾਲ ਇਹ ਆ ਤੇ ਜੇਕਰ ਲੋਕ ਇਹ ਗੱਲ ਕਹਿੰਦੇ ਵੀ ਪਾਈਆਂ ਚੱਲਦਾ ਹੀ ਹੁੰਦਾ ਫਿਰ ਚੱਲੀ ਜਾਣ ਦੇ ਪਾਈ ਦਲ ਬਦਲੂਆਂ ਨੇ ਲੰਗੇਵਾਰ ਯਾਨੀ ਕਿ 2019 ਦੀਆਂ ਚੋਣਾਂ ਦੇ ਵਿੱਚ 195 ਲੋਕਾਂ ਨੂੰ ਦਲ ਬਦਲੂਆਂ ਨੂੰ ਟਿਕਟਾਂ ਮਿਲ ਗਿਆ ਸੀ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਹਦੇ ਵਿੱਚੋਂ 23 ਜਿੱਤੇ ਸੀ ਹੁਣ ਜਦੋਂ ਭਾਜਪਾ ਨੇ ਟਿਕਟਰ ਬਨੀਤ ਸਿੰਘ ਬਿੱਟੂ ਨੂੰ ਦੁਬਾਰਾ ਦੇਣੀ ਹੈ ਇਹ ਗੱਲ ਲਗਭਗ ਤੈ ਹੀ ਹੈ ਤੇ ਕੀ ਬਿੱਟੂ ਸਾਹਿਬ ਆ ਜਿਹੜੇ ਉਹ ਸੀਟ ਕੱਢ ਜਾਣਗੇ ਇਹ ਇੱਕ ਸਵਾਲਾਂ ਦਾ ਸਵਾਲ ਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਬਿੱਟੂ ਹੋਰੀ ਭਾਜਪਾ ਤੇ ਚਲੇ ਗਏ ਆ ਲਗਦਾ ਤਾਂ ਇਹ ਸੀ ਕਿ ਭਾਈ ਇਹ ਕਾਂਗਰਸ ਦੀ ਮਜਬੂਤੀ ਲਈ ਕੰਮ ਕਰ ਰਹੇ ਆ ਮੈਂ ਇੱਕ ਨਾ ਅੱਗੇ ਵੀ ਗੱਲ ਕਹੀ ਸੀ ਜਿਵੇਂ ਬਿੱਟੂ ਹੋਰੀ ਜਾ ਕੇ ਨਗਰ ਨਿਗਮ ਦਫਤਰ ਨੂੰ ਤਾਲਾ ਲਾਉਂਦੇ ਆ ਜਿਵੇਂ ਉਹ ਕਹਿੰਦੇ ਵੀ ਭਾਈ ਹਸਤਾ ਗ੍ਰਿਫਤਾਰੀ ਦੇਣ ਚਲੇ ਆ ਮੈਨੂੰ ਲੱਗਦਾ ਸੀ ਜੀ ਕਿ ਇਹ ਆਪਣੀ ਰਾਜਨੀਤਿਕ ਖਿੱਚ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਰਾਜਨੀਤੀ ਦੇ ਵਿੱਚ ਇਹ ਖਬਰਾਂ ਦੇ ਵਿੱਚ ਰਹਿਣਾ ਚਾਹੁੰਦੇ ਆ ਆਪਣੀ ਹਾਈਪ ਬਣਾਉਣੀ ਚਾਹੁੰਦੇ ਆ ਤੇ ਉਹ ਕੁਝ ਹੋਇਆ ਇਹ ਲੱਗਦਾ ਹੀ ਸੀ ਕਿ ਬਿੱਟੂ ਹੋਰੀ ਕਿਸੇ ਹੋਰ ਪਾਰਟੀ 'ਚ ਜਾਣਗੇ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਸੀ ਵੀ ਸ਼ਾਇਦ ਇਹ ਆਪ ਵੱਲ ਜਾਣਗੇ ਪਰ ਚਲੇ ਬੀਜੇਪੀ ਦੇ ਵੱਲ ਗਏ ਆ ਤੇ ਬੀਜੇਪੀ ਦਾ ਪਰਨਾ ਗਲ ਦੇ ਵਿੱਚ ਪੈਣਸਾਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਦਾਦਾ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਕੁਰਬਾਨੀਆਂ ਦੀ ਕਦਰ ਕਰਨ ਵਾਲੀ ਪਾਰਟੀ ਇਸ ਵੇਲੇ ਸਾਡੀ ਹੈਗੀ ਬੀਜੇਪੀ ਤੇ ਮੋਦੀ ਸਾਹਿਬ ਦੀ ਗਨਨੀ ਤਦਕਾਂ ਤੋਂ ਮੈਂ ਪਰੇਸ਼ਾਨ ਨਹੀਂ ਚਿਤ ਬਹੁਤ ਆ ਰੱਬ ਜਾਣਦਾ ਭਾਈ ਜਿਹੜੇ ਮਗਰ ਖੜ ਕੇ ਨਾਰਾ ਲਾਉਂਦੇ ਹੁੰਦੇ ਆ ਵੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੁੱਕ ਕੇ ਉਹ ਹੁਣ ਲਾਉਣਗੇ ਜਾਂ ਨਾਰਾ ਲਾਉਣ ਵਾਲੇ ਹੋਰ ਪੈਦਾ ਹੋ ਜਾਣਗੇ ਇਹ ਮਹਾਰਾਜੀ ਜਾਣਦਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫੇਰ ਕਰਾਂਗੇ ਟਿੱਪਣੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਛੱਡ ਦਿੱਤੀ ਹੈ ਤੇ ਉਹ ਭਾਜਪਾ ਵਿੱਚ ਚਲੇ ਗਏ ਨੇ ਇਸ ਗੱਲ ਦੇ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਕਹਿਣਾ ਕਿ ਬਿੱਟੂ ਦੇ ਇਸ ਕਦਮ ਨਾਲ ਪਾਰਟੀ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਪਰ ਬਿੱਟੂ ਦਾ ਸਭ ਤੋਂ ਵੱਡਾ ਨੁਕਸਾਨ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬਿੱਟੂ ਨਾਲ ਉਹਨਾਂ ਦੀ ਰਾਤ ਦੇ ਵੇਲੇ ਗੱਲ ਹੋਈ ਸੀ ਉਹਨਾਂ ਨੇ ਇਸ ਮਤਲਬ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਜਕਰ ਬਿੱਟੂ ਦੇ ਦਿਲ ਦੇ ਵਿੱਚ ਕੁਝ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਰਾਹੁਲ ਗਾਂਧੀ ਸਮੇਤ ਸਾਰੇ ਸੀਨੀਅਰ ਨੇਤਾਵਾਂ ਦੇ ਸੰਪਰਕ ਦੇ ਵਿੱਚ ਸਨ ਹਾਲਾਂਕਿ ਉਹਨਾਂ ਨੂੰ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਪਾਰਟੀ ਨਹੀਂ ਸੀ ਛੱਡਣੀ ਚਾਹੀਦੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹਨਾਂ ਲੋਕਾਂ ਦੇ ਜਾਣ ਨਾਲ ਨਵੇਂ ਚਿਹਰਿਆਂ ਨੂੰ ਪਛਾਣ ਵੀ ਮਿਲੇਗੀ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਦੇ ਦਾਦਾ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦਾ ਵੱਡਾ ਨਾਂ ਸੀ 1992 ਦੇ ਵਿੱਚ ਜਦੋਂ ਵੱਡੇ ਵੱਡੇ ਲੋਕ ਖੁਦ ਨੂੰ ਪੰਜਾਬ ਦੇ ਰਖਵਾਲੇ ਕਹਿੰਦੇ ਸਨ ਤੇ ਚੋਣ ਲੜਨ ਤੋਂ ਪਿੱਛੇ ਹੋ ਗਏ ਸਨ ਉਹਨਾਂ ਨੇ ਉਸ ਸਮੇਂ ਪਾਰਟੀ ਦਾ ਝੰਡਾ ਚੁੱਕੀ ਰੱਖਿਆ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਤੇ ਪਾਰਟੀ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਰਵਨੀਤ ਬਿੱਟੂ ਨੂੰ ਤਿੰਨ ਵਾਰ ਯੂਥ ਕਾਂਗਰਸ ਦਾ ਪ੍ਰਧਾਨ ਤੇ ਤਿੰਨ ਵਾਰ ਲੋਕ ਸਭਾ ਦੀ ਟਿਕਟ ਦਿੱਤੀ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਉਹਨਾਂ ਦੇ ਨੂੰ ਵਕ ਵਕ ਥਾਵਾਂ ਤੇ ਐਡਜਸਟ ਕੀਤਾ ਗਿਆ ਪਰ ਬਿੱਟੂ ਦੇ ਵੱਲੋਂ ਇਹ ਕੁਝ ਗਲਤ ਕੀਤਾ ਗਿਆ ਜੇਕਰ ਕੋਈ ਸਮੱਸਿਆ ਸੀ ਤਾਂ ਉਹਨਾਂ ਨੂੰ ਗੱਲ ਖੋਲ ਕੇ ਕਰ ਦੇਣੀ ਚਾਹੀਦੀ ਸੀ ਇਸ ਖਬਰ ਨੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਚ ਕਹਾਂਗੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਇਸ ਗੱਲ ਦਾ ਅਹਿਸਾਸ ਕਰ ਲਿਆ ਵੀ ਐਤਕੀ ਕਾਂਗਰਸ ਦੇ ਵਿੱਚ ਜੇਕਰ ਖੜਦਾ ਮੈਂ ਲੁਧਿਆਣੇ ਤੋਂ ਚੋਣ ਲੜਦਾ ਮੈਂ ਤਾਂ ਮੇਰੀ ਗੱਲ ਨਹੀਂ ਬਣਨੀ ਐਤਕੀ ਮੇਰੀ ਝੋਲੀ ਦੇ ਵਿੱਚ ਵੋਟਾਂ ਨਹੀਂ ਪੈਣਗੀਆਂ ਸ਼ਾਇਦ ਉਹਨਾਂ ਨੂੰ ਇਸੇ ਗੱਲ ਦਾ ਅਹਿਸਾਸ ਹੋਇਆ ਕਿਉਂਕਿ ਵਿਚ ਵਿਚਾਲੇ ਖਬਰਾਂ ਇਹ ਆਉਣ ਲੱਗ ਪਈਆਂ ਵੀ ਐਤਕੀ ਸੀਟਾਂ ਬਦਲੀਆਂ ਜਾ ਸਕਦੀਆਂ ਸ਼ਾਇਦ ਬਿੱਟੂ ਹੋਰਾਂ ਨੂੰ ਅਨੰਦਪੁਰ ਸਾਹਿਬ ਤੋਂ ਤੇ ਮਨੀਸ਼ ਤਵਾੜੀ ਹੋਰਾਂ ਨੂੰ ਲੁਧਿਆਣੇ ਤੋਂ ਚੋਣ ਲੜਾਈ ਜਾ ਸਕਦੀ ਹੈ ਇਦਾਂ ਦੀਆਂ ਕਨਸੂ ਪਰ ਬਣੂ ਲੱਗਦਾ ਜੀ ਕਿ ਬਿੱਟੂ ਹੋਰਾਂ ਨੂੰ ਇਹ ਲੱਗਣ ਲੱਗ ਪਿਆ ਵੀ ਲੁਧਿਆਣੇ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੀ ਵੋਟ ਬਹੁਤ ਵੱਡੀ ਗਿਣਤੀ ਚ ਹੈ 3 ਲੱਖ ਦੇ ਕਰੀਬ ਜਾਂ 3 ਲੱਖ ਤੋਂ ਵੀ ਵੱਧ ਵੋਟਾਂ ਇੱਥੇ ਹੈਗੀਆਂ ਸ਼ਾਇਦ ਉਹ ਉਸ ਵੋਟ ਤੇ ਸਿਰ ਦੇ ਉੱਤੇ ਦਾਾ ਖੜ੍ਹਣਾ ਚਾਹੁੰਦੇ ਆ ਬਿੱਟੂ ਸਾਹਿਬ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਬਹੁਤੇ ਸਰਗਰਮ ਨਹੀਂ ਰਹੇ ਨਿਰਪੱਖ ਤੌਰ ਦੇ ਉੱਤੇ ਆਪਾਂ ਸਰਵੇ ਕਰਕੇ ਦੇਖ ਲਈਏ ਉਹ ਬਹੁਤੇ ਸਰਗਰਮ ਨਹੀਂ ਰਹੇ ਉਹਨਾਂ ਨੂੰ ਸਰਗਰਮ ਰਹਿਣਾ ਚਾਹੀਦਾ ਸੀ ਪਰ ਪਿੱਛੇ ਜੀ ਇਹ ਵੀ ਚਰਚਾ ਚੱਲ ਪਈ ਸੀ ਕਿ ਸਾਈਡ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਮਿਲ ਜਾਣੀ ਬੀਜੇਪੀ ਦੇ ਵੱਲੋਂ ਇਹ ਖਬਰਾਂ ਆਉਣ ਲੱਗ ਪਈਆਂ ਸੀ ਕਿ ਜਿਹੜੀ ਲੋਕ ਇਨਸਾਫ ਪਾਰਟੀ ਆ ਉਹ ਬੀਜੇਪੀ ਦੇ ਵਿੱਚ ਮਰਜ ਹੋ ਜਾਣੀ ਆ ਸਰਦਾਰ ਬਲਵਿੰਦਰ ਸਿੰਘ ਬੈਂਸ ਨੂੰ ਕਿਸੇ ਹੋਰ ਰੁਤਬੇ ਤੇ ਐਡਜਸਟ ਕੀਤਾ ਜਾਊਗਾ ਸਿਮਰਜੀਤ ਸਿੰਘ ਬੈਂਸ ਜਿਹੜੀ ਉਹ ਚੋਣ ਲੜਨਗੇ ਲੋਕ ਸਭਾ ਦੀ ਪਰ ਇੱਥੇ ਰੌਲਾ ਕਹਿੰਦੇ ਵੀ ਇਹ ਪੈ ਗਿਆ ਸੀ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਏ ਜਿਹੜੇ ਲੋਕ ਇਨਸਾਫ ਪਾਰਟੀ ਦੇ ਉਹਨਾਂ ਨੂੰ ਕਿਹੜੀ-ਕਿਹੜੀ ਥਾਂ ਦੇ ਉੱਤੇ ਬੀਜੇਪੀ ਐਡਜਸਟ ਕਰਦੇ ਆ ਪਰ ਹੁਣ ਇੱਕ ਸਵਾਲ ਹੋਰ ਆ ਜਿਹੜੇ ਬ ਲੁਧਿਆਣੇ ਦੇ ਇਥੋਂ ਟਿਕਟ ਦੇ ਚਾਹਵਾਨ ਸੀ ਜਿਹੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਆ ਤੇ ਉਹ ਕੀ ਸੋਚਣਗੇ ਵੀ ਭਾਈ ਰਵਨੀਤ ਸਿੰਘ ਬਿੱਟੂ ਨੂੰ ਆਪਾ ਜਿਤਾ ਦੇਈਏ ਜਾਂ ਜਿੱਤਣ ਦਾ ਮੌਕਾ ਦੇ ਲਈਏ ਕੀ ਉਹ ਨਿਰਾਸ਼ਾ ਦੇ ਵਿੱਚ ਨਹੀਂ ਹੋਣਗੇ ਕੀ ਉਹ ਜਿੱਤਣ ਦੇ ਦੇਣਗੇ ਕੀ ਉਹ ਲੜਾਈ ਦੇ ਵਿੱਚ ਸਾਥ ਦੇਣਗੇ ਕੀ ਉਹ ਨਾਲ ਦੇਲੀ ਤੌਰ ਤੇ ਤੁਰਨਗੇ ਕਿਉਂਕਿ ਇਹ ਕਮਾਲੀ ਹੋਈ ਪਈ ਆ ਹੁਣ ਦੇਖੋ ਜੇਕਰ ਆਮ ਆदमी ਪਾਰਟੀ ਦੇ ਵਿੱਚ ਕੋਈ ਆ ਰਿਹਾ ਕਾਂਗਰਸ ਨੂੰ ਛੱਡ ਕੇ ਤਾਂ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦਾ ਸਥਾਨਕ ਖੇਤਰ ਤੋਂ ਚਾਹਵਾਨ ਸੀ ਟਿਕਟ ਦੇ ਉਹ ਕਿਵੇਂ ਚਾਣਗੇ ਵੀ ਭਾਈ ਆਪਾਂ ਇਹਦੇ ਹੱਕ ਦੇ ਵਿੱਚ ਭੁਗਤਗੇ ਕਿਉਂਕਿ ਇੱਕ ਵਾਰੀ ਜਿੱਤਗੇ ਤਾਂ ਉਸ ਤੋਂ ਅਗਲੀ ਵਾਰ ਵੀ ਤੇ 10 ਸਾਲ ਤੱਕ ਗਏ ਤੇ ਇਹਨਾਂ ਕ ਰਾਜਨੀਤਿਕ ਕਰੀਅਰ ਹੁੰਦਾ ਸੋ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬ ਦੇ ਲੋਕ ਕੀ ਸਟੈਂਡ ਲੈਣਗੇ ਦੇਸ਼ ਦੇ ਵਿੱਚ ਆਹ ਪਲਟੀਆਂ ਵੱਜਦੇ ਗਏ ਰਹਿਣਗੇ ਦੇਸ਼ ਦੇ ਵਿੱਚ ਆਹ ਹੀ ਕੁਝ ਹੁੰਦਾ ਰਹਿਣਾ ਰਾਜਨੀਤੀ ਦੇ ਵਿੱਚ ਕੋਈ ਵੀ ਬੰਦਾ ਆਪਣੇ ਹਲਕੇ ਦੇ ਬਾਰੇ ਨਹੀਂ ਸੋਚਦਾ ਆਪਣੇ ਭਵਿੱਖ ਦੇ ਬਾਰੇ ਸੋਚਦਾ ਹਲਕੇ ਬਾਰੇ ਤੇ ਪੰਜਾਬ ਦੇ ਬਾਰੇ ਸੋਚਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਕਾਸ਼ ਉਹ ਦਿਨ ਆਵੇ ਜਦੋਂ ਨੇਤਾ ਪੰਜਾਬ ਦੇ ਬਾਰੇ ਵੀ ਸੋਚਣ ਇੱਕ ਨਵੀਂ ਚਿੱਠੀ ਨੇ ਫੇਰ ਪਟਾਕਾ ਪਾਤਾ ਜਾਂ ਕਹਿ ਲਈਏ ਵੀ ਇੱਕ ਨਵੇਂ ਸੁਨੇਹੇ ਨੇ ਪਟਾਕਾ ਪਾਤਾ ਉਹਦਾ ਕਾਰਨ ਇਹ ਵੀ ਪਹਿਲਾਂ ਈਡੀ ਦੀ ਕਸਟਡੀ ਦੇ ਵਿੱਚੋਂ ਯਾਨੀ ਕਿ ਈਡੀ ਦੇ ਰਿਮਾਂਡ ਦੇ ਵਿੱਚ ਇਸ ਵੇਲੇ ਕੇਜਰੀਵਾਲ ਸਾਹਿਬ ਆ ਤੇ ਉੱਥੋਂ ਇੱਕ ਸੁਨੇਹਾ ਜਾਰੀ ਹੁੰਦਾ ਜਿਹੜਾ ਕਿ ਆਤਸ਼ੀ ਜਿਹੜੇ ਕਿ ਦਿੱਲੀ ਦੇ ਇਸ ਵੇਲੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਜਾਂਦਾ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਇੰਨੇ ਫਿਕਰਮੰਦ ਆ ਉਹ ਕਸਟਡੀ ਦੇ ਵਿੱਚ ਵੀ ਵੀ ਉਹਨਾਂ ਨੇ ਉੱਥੋਂ ਸੁਨੇਹਾ ਜਾਰੀ ਕੀਤਾ ਕਿ ਭਾਈ ਦਿੱਲੀ ਦੇ ਵਿੱਚ ਪਾਣੀ ਦੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਲੋਕਾਂ ਨੂੰ ਟੈਂਕਰਾਂ ਦੇ ਵਿੱਚ ਪਾਣੀ ਭੇਜਿਆ ਜਾਵੇ ਪਾਣੀ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਦੇਖੋ ਕਿੰਨੀ ਫਿਕਰਮੰਦੀ ਉਹਨਾਂ ਨੂੰ ਕਿੰਨਾ ਫਿਕਰ ਕਰਦੇ ਆ ਉਹ ਉਹ ਉੱਥੇ ਬੈਠੇ ਵੀ ਦੇਖੋ ਆ ਚਿੱਠੀ ਭੇਜੀ ਉਹਨਾਂ ਨੇ ਵੀ ਕਿੰਸੀ ਕਮਾਲ ਦੀ ਸੋਚ ਆ ਨਾਲੀ ਇਹ ਸਿਰਫ ਉਹੀ ਕਰ ਸਕਦੇ 9 ਸਾਲ ਤੋਂ ਸੂਬੇ ਦੇ ਮੁੱਖ ਮੰਤਰੀ ਜਿਹੜੇ ਉਹੀ ਕਰ ਸਕਦੇ ਆ ਈਡੀ ਨੇ ਇਹ ਗੱਲ ਕਹੀ ਨਾ ਸੀ ਪੈਨ ਦਿੱਤਾ ਨਾ ਸੀ ਵਰਕਾ ਦਿੱਤਾ ਪਾਈਏ ਚਿੱਠੀ ਲਿਖੀ ਕਿਵੇਂ ਗਈ ਆ ਨਾ ਸੀ ਟਾਈਪ ਰਾਈਟਰ ਦਿੱਤੀ ਆ ਇਹ ਆਪੇ ਆਮ ਆਦਮੀ ਪਾਰਟੀ ਨੇ ਬੜਾ ਲਈ ਹੋਣੀ ਚਿੱਠੀ ਹੁਣ ਇੱਕ ਨਵੀਂ ਚਿੱਠੀ ਆ ਗਈ ਇਹ ਕਹਨੇ ਵੀ ਇੱਕ ਸੁਨੇਹਾ ਕਰਨ ਦਾ ਭਾਵ ਆਇਆ ਇਹ ਸੁਨੇਹਾ ਸੌਰਵ ਭਾਰਦwaj ਸਾਹਿਬ ਦੇ ਵੱਲੋਂ ਸਾਂਝਾ ਕੀਤਾ ਗਿਆ ਉਹ ਕਹਿੰਦੇ ਜੀ ਈਡੀ ਦੀ ਇੱਕ ਸਟੱਡੀ ਦੇ ਵਿੱਚੋਂ ਹੁਣ ਕੇਜਰੀਵਾਲ ਸਾਹਿਬ ਨੇ ਸੁਨੇਹਾ ਲਾਇਆ ਕਿ ਦਿੱਲੀ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਆ ਉਹਨਾਂ ਦੇ ਵਿੱਚੋਂ ਕਈਆਂ ਦੇ ਵਿੱਚ ਦਵਾਈਆਂ ਦੀ ਘਾਟ ਆ ਇੱਥੇ ਦਵਾਈਆਂ ਪੂਰੀਆਂ ਕੀਤੀਆਂ ਜਾਣ ਮੇਰੇ ਦਿੱਲੀ ਵਾਸੀ ਮੇਰੇ ਪਰਿਵਾਰ ਦੇ ਮੈਂਬਰ ਆ ਇਸ ਕਰਕੇ ਭਾਈ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਜੀ ਕਿ ਮੈਂ ਹੈਰਾਨ ਆ ਵੀ ਭਾਈ ਕੇਜਰੀਵਾਲ ਸਾਹਿਬ ਕਸਟਡੀ ਦੇ ਵਿੱਚ ਵੀ ਇੰਨਾ ਦਿੱਲੀ ਬਾਰੇ ਫਿਕਰ ਕਰਦੇ ਆ ਈਡੀ ਨੇ ਫੇਰੇ ਗੱਲ ਕਹੀ ਆ ਵੀ ਅਸੀਂ ਸੁਨੇਹਾ ਜਾਰੀ ਕਰਨ ਦਾ ਵਕਤ ਕਹੋ ਦਿੱਤਾ ਇਹ ਸੁਨੇਹਾ ਲੈ ਕੇ ਕੌਣ ਜਾਂਦਾ ਇਹ ਆਪਣੇ ਕੋਲੋਂ ਘੜ ਤੱਕ ਢੀਆਂ ਜਾ ਰੀਆਂ ਇੱਕ ਦਿਨ ਦੇ ਵਿੱਚ ਇੱਕ ਘੰਟੇ ਦੇ ਲਈ ਕੇਜਰੀਵਾਲ ਨੂੰ ਈਡੀ ਦੇ ਇੱਕ ਸਟਡੀ ਦੇ ਵਿੱਚ ਟੱਬਰ ਨਾਲ ਮਿਲਣ ਦੀ ਆਗਿਆ ਇੱਕ ਘੰਟੇ ਦੇ ਵਿੱਚ ਅੱਧਾ ਘੰਟਾ ਉਹ ਆਪਣੀ ਧਰਮ ਪਤਨੀ ਤੇ ਸੈਕਟਰੀ ਨੂੰ ਮਿਲ ਸਕਦੇ ਆ ਬਾਕੀ ਅੱਧਾ ਘੰਟਾ ਉਹ 24 ਘੰਟੇ ਦੇ ਵਿੱਚੋਂ ਤੇ ਮਿਲ ਸਕਦੇ ਆਪਣੇ ਵਕੀਲਾਂ ਨੂੰ ਇਸ ਵੇਲੇ ਦੇ ਵਿੱਚ ਚਿੱਠੀ ਕਿਹੜੇ ਵੇਲੇ ਜਾਰੀ ਹੋ ਜਾਂਦੀ ਤਾਂ ਸੁਨੇਹਾ ਕਿਹੜੇ ਵੇਲੇ ਭੇਜ ਦਿੱਤਾ ਜਾਂਦਾ ਇਹ ਹੁਣ ਈਡੀ ਨੇ ਪੜਤਾਲ ਦਾ ਵਿਸ਼ਾ ਬਣਾਇਆ ਉਹਨੇ ਕਿਹਾ ਜੀ ਕਿ ਹੁਣ ਅਸੀਂ ਇਸ ਗੱਲ ਦੀ ਪੜਤਾਲ ਕਰਾਂਗੇ ਪਤਾ ਨਹੀਂ ਪੜਤਾਲਾਂ ਕਿਹੜੇ ਪਾਸੇ ਨੂੰ ਜਾਣੀਆਂ ਪਤਾ ਨਹੀਂ ਸਚਾਈ ਵਿੱਚੋਂ ਕੀ ਆ ਪਰ ਲੋਕਾਂ ਦੇ ਮਨ ਦੇ ਵਿੱਚ ਇੱਕ ਸ਼ਸ਼ੋਪੰਜਾ ਵੀ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਰੇ ਹੋਰ ਕਿਹੜੀਆਂ ਕਿਹੜੀਆਂ ਚੁਣੌਤੀਆਂ ਹੋਣੀਆਂ ਆ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਬਣਨਗੇ ਜਾਂ ਅਤਸ਼ੀ ਜਾਂ ਫਿਰ ਕੋਈ ਹੋਰ ਹੋਊਗਾ ਇਹ ਵਕਤ ਨੇ ਬਿਆਨ ਕਰਨਾ ਪਰ ਜਿਸ ਮੋੜ ਦੇ ਉੱਤੇ ਆ ਕੇ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸੱਚੀ ਮੁੱਚੀ ਆਮ ਆਦਮੀ ਪਾਰਟੀ ਨੂੰ ਇੱਕ ਝਟਕਾ ਦੇਣ ਵਾਲੀ ਗੱਲ ਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਨੇਤਾਵਾਂ ਨੇ ਮੰਤਰੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਡੀਪੀ ਬਦਲ ਲਈਆਂ ਉਹਨਾਂ ਦੇ ਉੱਤੇ ਲਿਖਿਆ ਹੋਇਆ ਮੋਦੀ ਦਾ ਸਭ ਤੋਂ ਵੱਡਾ ਡਰ ਹੈ ਕੇਜਰੀਵਾਲ ਉਹਨਾਂ ਨੇ ਸਿੱਖਾਂ ਦੇ ਪਿੱਛੇ ਖੜੇ ਹੋਏ ਕੇਜਰੀਵਾਲ ਦੀ ਫੋਟੋ ਲਾਈ ਹੈ ਤੇ ਮੋٹے ਅੱਖਰਾਂ ਦੇ ਵਿੱਚ ਲਿਖਿਆ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਕੀ ਸੱਚੀ ਮੁੱਚੀ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਆ ਜਾਂ ਇਹ ਕਹਿਣ ਦੀਆਂ ਗੱਲਾਂ ਕੀ ਸੱਚੀ ਮੁੱਚੀ ਬੀਜੇਪੀ ਨੂੰ ਹਿਲਾਇਆ ਜਾ ਸਕਦਾ ਜਾਂ ਇਹ ਕਹਿਣ ਦੀਆਂ ਗੱਲਾਂ ਕੀ ਇੰਡੀਆ ਘੱਟਚੋੜ ਸੱਚੀ ਮੁੱੱਚ ਹੁਕਮਾਲ ਕਰ ਸਕਦਾ ਜਾਂ ਇਹ ਕਹਿਣ ਦੀਆਂ ਗੱਲਾਂ ਲੋਕਾਂ ਨੇ ਬਣਾ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਖਬਰਾਂ ਕੁਝ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆ ਗਿਆ ਦਿਓ ਬਹੁਤ ਬਹੁਤ ਧੰਨਵਾਦ